ਜ਼ਿਲ੍ਹਾ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਵਿਖੇ ਤਿੰਨ ਅਲੱਗ ਅਲੱਗ ਛਿਲਕਾ ਯੂਨੀਅਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਖੱਟਰਾ ਜੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਖੱਟਰਾ ਜੀ ਪਿਛਲੇ ਕਾਫੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਹਨ, ਜਿਨ੍ਹਾਂ ਨੂੰ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਦੇ ਕੇ ਨਿਵਾਜ਼ਿਆ ਗਿਆ, ਜਿਸ ਨੂੰ ਲੈ ਕੇ ਉਹਨਾਂ ਦੇ ਸਮਰਥਕਾਂ ਵਿੱਚ ਭਾਰੀ ਖੁਸ਼ੀ ਦਾ ਮਾਹੌਲ ਹੈ। ਅਲੱਗ ਅਲੱਗ ਜਗ੍ਹਾ 'ਤੇ ਇਸੇ ਤਰ੍ਹਾਂ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਨਿਊਜ਼ ਡੈਸਕ ਤੋਂ ਗੋਪਾਲ ਆਨੰਦ ਦੇ ਨਾਲ ਸਤਪਾਲ ਭਾਗੀ ਕੇ, ਨਿਹਾਲ ਸਿੰਘ ਵਾਲਾ, ਮੋਗਾ। ਬੜਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਬਹੁਤ ਹੀ ਧੰਨਵਾਦ ਆ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦਾ, ਜਥੇਦਾਰ ਤੋਤਾ ਸਿੰਘ ਜੀ ਅਤੇ ਭਾਈ ਬਰਜਿੰਦਰ ਸਿੰਘ ਜੀ ਮੱਖਣ ਬਰਾੜ ਦਾ, ਜਿਨ੍ਹਾਂ ਨੇ ਸਰਦਾਰ ਜਗਦੀਪ ਸਿੰਘ ਗਠਰਾ ਜੀ ਨੂੰ ਯੂਥ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਲਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕੀਤਾ ਹੈ, ਜੋ ਕਿ ਜਗਦੀਪ ਸਿੰਘ ਜੀ ਗਠਰਾ ਬਹੁਤ ਨਿਰਧਾਰਕ ਆਗੂ ਹਨ, ਜੋ ਨੌਜਵਾਨ ਦਿਲਾਂ ਦੀ ਧੜਕਣ ਹਨ। ਸੋ ਆਪਾਂ ਇੱਥੇ ਸਾਰਿਆਂ ਨੇ ਇਹ ਪ੍ਰੋਗਰਾਮ ਬਣਾਇਆ ਕਿ ਪ੍ਰਧਾਨ ਸਾਹਿਬ ਜੀ ਨੂੰ ਆਪਾਂ ਸਨਮਾਨਿਤ ਕਰਨਾ ਹੈ। ਮੈਂ ਆਪਣੇ ਬੰਨਿਓ ਅਤੇ ਸੋ ਸ਼੍ਰੋਮਣੀ ਅਕਾਲੀ ਦਲ ਬੰਨਿਓ ਆਪ ਸਾਰੇ ਹੀ ਜੂਨੀਅਰ ਦਾ ਅਤੇ ਬਹੁਤਵਾਰ ਉਮੀਦਵਾਰਾਂ ਦਾ ਸਾਰਿਆਂ ਧੰਨਵਾਦ ਕਰਦਾ। ਫਤਿਹ ਬੁਲਾਉਂਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਪਹਿਲਾਂ ਮੈਂ ਧੰਨਵਾਦ ਆ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਅਤੇ ਸੁਖਬੀਰ ਸਿੰਘ ਬਾਦਲ ਜੀ ਦਾ, ਵਿਕਰਮਜੀਤ ਮਜੀਠੀਆ, ਜਥੇਦਾਰ ਤੋਤਾ ਸਿੰਘ ਜੀ ਦਾ ਅਤੇ ਸਾਡੇ ਵੱਡੇ ਵੀਰ ਮੱਖਣ ਬਰਾੜ ਜੀ ਦਾ, ਜਿਹਨੇ ਤੁਹਾਡੇ ਰੂਬੂ ਹੋਣ ਦਾ ਮੈਨੂੰ ਮੌਕਾ ਦਿੱਤਾ। ਅਤੇ ਮੈਂ ਧੰਨਵਾਦ ਕਰਦਾ ਮੈਂ ਸ਼ਿਲਕਾ ਯੂਨੀਅਨ, ਤਿੰਨੇ ਯੂਨੀਅਨ ਪ੍ਰਧਾਨਾਂ ਦਾ, ਅਤੇ ਮੈਂ ਆਪਣੇ ਵਰਕਰ ਵੀਰਾਂ ਦਾ, ਜਿਹਨੇ ਆਪਣੇ ਛੋਟੇ ਵੀਰ ਨੂੰ ਤੁਸੀਂ ਮਾਣ ਸਨਮਾਨ ਦੇ ਕੇ ਮੈਨੂੰ ਮੇਰਾ ਮਾਣ ਵਧਾਇਆ। ਅਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅਤੇ ਅੱਗੇ ਤੋਂ ਵੀ ਹਮੇਸ਼ਾ, ਜੋ ਅੱਗੇ ਵੀ ਆਪਾਂ ਪਹਿਲਾਂ ਰਲ ਮਿਲ ਕੇ ਸਾਰੇ ਆਪਾਂ ਯੂਨੀਅਨ, ਤਿੰਨੇ ਯੂਨੀਅਨ 'ਤੇ ਅਸੀਂ, ਸਾਡੀ ਟੀਮ ਨਿਹਾਲ ਸਿੰਘਾਂ 'ਚ ਤੁਹਾਡੇ ਨਾਲ ਚੱਲਦੀ ਸੀ, ਅੱਗੇ ਤੋਂ ਵੀ ਆਪਾਂ ਇਸੇ ਤਰ੍ਹਾਂ ਹੀ ਆਪਾਂ ਰਲ ਮਿਲ ਕੇ ਚੱਲਾਂਗੇ। ਜਿੱਥੇ ਵੀ ਤੁਹਾਨੂੰ ਕਿਸੇ ਵੀ ਇਸ ਵੀਰ ਦੀ ਕਿਤੇ ਵੀ ਲੋੜ ਹੋਵੇ, ਤੁਹਾਡਾ ਵੀਰ ਹਾਜ਼ਰ ਹੈ। ਸੋ ਇੰਨਾ ਕਹਿੰਦਾ ਮੈਂ ਦਿਲ ਦੀ ਗਹਿਰਾਈ ਤੋਂ ਤੁਹਾਡਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਡੇ ਬਹੁਤ ਹੀ ਸਤਿਕਾਰਯੋਗ ਜਗਦੀਪ ਸਿੰਘ ਜੀ ਗਠਰਾ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਬਾਦਲ, ਉਹਨਾਂ ਦਾ ਮਾਣ ਸਨਮਾਨ ਅੱਜ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਸਰਕਾ ਜੂਨੀਅਰ ਵੱਲੋਂ ਕੀਤਾ ਗਿਆ ਹੈ। ਮੈਂ ਬਹੁਤ ਹੀ ਧੰਨਵਾਦ ਕਰਦਾ ਸਾਰੇ ਸਰਕਾ ਜੂਨੀਅਰ ਦੇ ਪ੍ਰਧਾਨ ਸਹਿਬਾਨ ਅਤੇ ਜਿੰਨੇ ਵੀ ਉਹਨਾਂ ਦੀ ਟੀਮ ਕੰਮ ਕਰਦੀ ਆ। ਸਾਡੇ ਪ੍ਰਧਾਨ ਜਗਦੀਪ ਸਿੰਘ ਗਠਰਾ ਜੀ ਨੂੰ ਉਹਨਾਂ ਨੇ ਮਾਣ ਸਨਮਾਨ ਦੇ ਕੇ ਉਹਦਾ ਮਾਣ ਹੋਰ ਵਧਾਇਆ। ਮੈਂ ਆਪਣੇ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਯੂਥ ਅਕਾਲੀ ਦਲ ਵੱਲੋਂ, ਸਾਰੇ ਹੀ ਵਰਕਰ ਸਾਹਿਬਾਨਾਂ ਦਾ ਧੰਨਵਾਦ ਕਰਦਾ ਅਤੇ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਿੰਨੇ ਛਿਲਕਾ ਯੂਨੀਅਨ ਦੇ ਮੈਂਬਰ ਸਾਹਿਬਾਨ, ਉਹਨਾਂ ਦੇ ਪ੍ਰਧਾਨ ਸਾਹਿਬਾਨ ਨੇ ਸਾਡੇ ਨਵਯੁਗਤ ਪ੍ਰਧਾਨ ਜਗਦੀਪ ਸਿੰਘ ਗੱਡਾ ਦਾ ਸਨਮਾਨ ਰੱਖਿਆ। ਅਸੀਂ ਉਹਨਾਂ ਦਾ ਤਹਿ ਦਿਲ ਨੂੰ ਧੰਨਵਾਦ ਕਰਦੇ ਹਾਂ, ਉਹਨਾਂ ਨੇ ਜਿਹੜਾ ਇੰਨਾ ਪਿਆਰ ਬਖਸ਼ਿਆ। ਥੈਂਕ ਯੂ। ਅੱਜ ਨਿਹਾਲ ਸਿੰਘ ਵਾਲਾ ਵਿਖੇ ਤਿੰਨੇ ਛਿਲਕਾ ਯੂਨੀਅਨ ਦੇ ਪ੍ਰਧਾਨਾਂ ਨੇ, ਮੈਂਬਰ ਸਾਹਿਬਾਨ ਨੇ, ਤਿੰਨੇ ਯੂਨੀਅਨ ਟੀਮਾਂ ਨੇ ਅੱਜ ਮੇਰਾ ਇੱਥੇ ਨਿਹਾਲ ਸਿੰਘ ਵਾਲੇ ਮੈਨੂੰ ਮਾਣ ਸਨਮਾਨ ਬਖਸ਼ਿਆ, ਅਤੇ ਮੈਂ ਇਹਨਾਂ ਦਾ ਤੁਹਾਨੂੰ ਤਹਿ ਦਿਲੋਂ ਧੰਨਵਾਦ ਕਰਦਾ।